ਨੂਰਾਂ ਦੇ ਨੂਰ ਹਾਜ਼ਰਾ ਹਜ਼ੂਰ ਲੱਖਾਂ ਆਕਾਸਾਂ ਅਤੇ ਲੱਖਾਂ ਪਾਤਾਲਾਂ ਦੇ ਮਾਲਕ ਗੁਰੂ ਰੂਪ ਸਾਹਿਬ ਸੰਗਤ ਜੀ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਵੇਲੇ ਨੂਰਾਂ ਦੇ ਨੂਰ ਹਾਜ਼ਰਾ ਹਜ਼ੂਰ ਲੱਖਾਂ ਆਕਾਸਾਂ ਅਤੇ ਲੱਖਾਂ ਪਾਤਾਲਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜੁੜ ਕੇ ਸੰਗਤ ਬੈਠੇ ਅਤੇ ਉਹਦਾ ਰੂਪ ਵੀ ਗੁਰੂ ਵਰਗਾ ਹੋ ਜਾਂਦਾ। ਪੰਜਾਂ ਪਾਰਿਆਂ ਨੇ ਪਿਆਰਿਆਂ ਨੇ ਇੱਕ ਵਾਰੀ ਸਵਾਲ ਕੀਤਾ ਗੁਰੂ ਸਾਹਿਬ ਨੂੰ ਕਿ ਜਿਸ ਵੇਲੇ ਤੁਸੀਂ ਨੇੜੇ ਨਾ ਹੋਵੋ ਤਾਂ ਕਿਹਦੇ ਦਰਸ਼ਨ ਕਰਿਆ ਕਰੀਏ। ਉਹਨਾਂ ਨੇ ਕਿਹਾ ਕਿ ਸੰਗਤ ਪੰਜਾਂ ਪਿਆਰਿਆਂ ਦਾ ਦਰਸ਼ਨ ਕਰ ਲਿਆ ਕਰੇ। ਤੇ ਪੰਜ ਪਿਆਰੇ ਨਾ ਹੋਣ ਤਾਂ ਕਿਹਦਾ ਦਰਸ਼ਨ ਕਰੀਏ? ਤੇ ਕਹਿਣ ਲੱਗੇ ਕਿ ਪਾਣੀ ਵਿੱਚ ਆਪਣਾ ਅਕਸ਼ ਦੇਖ ਲੈਣਾ, ਤੁਹਾਨੂੰ ਗੁਰੂ ਦਿਸ ਜਾਏਗਾ। ਮੈਂ ਗੱਲ ਇਸ ਕਰਕੇ ਕਹਿ ਰਿਹਾ ਹਾਂ ਕਿ ਹੁਣੇ ਹੀ ਸਾਡੇ ਕਥਾਵਾਚਕ ਸਿਰੋਮਣੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਆਪਣੀ ਕਥਾ 'ਚ ਉਹਨਾਂ ਦੀ ਖੂਬਸੂਰਤੀ, ਉਹਨਾਂ ਦੀ ਦ੍ਰਿੜਤਾ, ਉਹਨਾਂ ਦੇ ਜਾਹੋ ਜਲਾਲ ਔਰ ਉਹਨਾਂ ਦੀ ਦਿਵਯ ਜੋਤੀ ਦੇ ਬਾਰੇ ਵਰਣਨ ਕਰ ਰਹੇ ਸਨ। ਵਿਭਿੰਨ ਲੋਕਾਂ ਨੇ ਕਿਸ ਤਰ੍ਹਾਂ ਵਰਣਨ ਕੀਤਾ ਹੈ। ਭਾਈ ਨੰਦ ਲਾਲ ਔਰੰਗਜ਼ੇਬ ਦੇ ਦਰਬਾਰ ਵਿੱਚ ਇੱਕ ਮੁਲਾਜ਼ਮ ਸੀ, ਔਰ ਉਹਨਾਂ ਦੇ ਬੱਚੇ ਨੂੰ ਪੜ੍ਹਾਇਆ ਕਰਦਾ ਸੀ। ਕਹਿੰਦੇ ਨੇ ਫਾਰਸੀ ਦੀ ਚਿੱਠੀ ਉਹਨਾਂ ਕੋਲ ਆਈ, ਉਹਦਾ ਤਜੁਰਮਾ ਚਾਹੀਦਾ ਸੀ ਉਹਨਾਂ ਨੂੰ। ਉਹਨਾਂ ਨੇ ਕਿਹਾ ਦਰਬਾਰ 'ਚ ਕੋਈ ਹੈ ਕਿ ਇਹਦਾ ਕੋਈ ਉਲਥਾ ਕਰਕੇ ਦੱਸੇ ਚਿੱਠੀ ਦਾ? ਲੋਕੀ ਇੱਧਰ ਉੱਧਰ ਦੇਖਣ ਲੱਗੇ। ਭਾਈ ਨੰਦ ਲਾਲ ਨੇ ਜਵਾਬ ਦਿੱਤਾ, ਉਹਨਾਂ ਨੇ ਆਪਣੇ ਵਜ਼ੀਰਾਂ ਨੂੰ ਪੁੱਛਿਆ ਕਿ ਮੈਂ ਇਹਨੂੰ ਪਛਾਣਿਆ ਨਹੀਂ, ਕੌਣ ਹੈ, ਕਿੱਥੋਂ ਦਾ ਹੈ, ਪਿਛੋਕੜ ਕੀ ਹੈ, ਜਿਹੜਾ ਇੰਨਾ ਵਿਦਵਾਨ ਹੈ ਇਹਨੂੰ ਤਾਂ ਸੁਸ਼ੋਭਿਤ ਕਰਨਾ ਚਾਹੀਦਾ ਹੈ, ਪਰ ਆਪਣੇ ਹੀਰੇ ਜੋਹਰਾਤ ਦੇ ਖਜ਼ਾਨੇ ਖੋਲਣ ਤੋਂ ਪਹਿਲਾਂ ਉਹਨੇ ਪੁੱਛਿਆ। ਤੇ ਜਿਸ ਵੇਲੇ ਪਤਾ ਲੱਗਿਆ ਕਿ ਇਹ ਕੋਈ ਮੁਸਲਮਾਨ ਨਹੀਂ, ਇੱਕ ਹਿੰਦੂ ਹੈ, ਉਹਨਾਂ ਨੇ ਦਰਬਾਰ ਦੂਜੇ ਦਿਨ ਫੇਰ ਬੁਲਾ ਲਿਆ। ਫਿਰ ਉਹਨਾਂ ਨੇ ਕਿਹਾ ਇੱਕ ਕਾਜ਼ੀ ਨੂੰ ਬੁਲਾ ਕੇ, ਮੌਲਵੀ ਨੂੰ ਕਹਿ ਕੇ ਕਿ ਤੂੰ ਜਿਸ ਤਰ੍ਹਾਂ ਅਸੀਂ ਵਾਕ ਲੈਂਦੇ ਹਾਂ ਉਸ ਤਰ੍ਹਾਂ ਕੁਰਾਨ ਸ਼ਰੀਫ ਦਾ ਵਾਕ ਲੈ, ਔਰ ਵਾਕ ਲੈਣ ਤੋਂ ਬਾਅਦ ਜਿਹੜਾ ਵੀ ਆਇਆ ਸੂਰਾ ਉਹਨਾਂ ਨੇ ਕਿਹਾ ਇਹਦੇ ਅਰਥ ਦੱਸ ਦੇ। ਉਹਨਾਂ ਨੇ ਬੜੀ ਖੂਬਸੂਰਤੀ ਨਾਲ ਉਹਦੇ ਅਰਥ ਦੱਸ ਦੇ। ਤੁਹਾਨੂੰ ਆਸ਼ਚਰਜ ਹੋਏਗਾ ਕਿ ਲੋਕਾਂ ਨੂੰ ਤੇ ਸੋਚਣਾ ਚਾਹੀਦਾ ਸੀ ਕਿ ਪੂਰੇ ਦਰਬਾਰ ਵਿੱਚ, ਔਰੰਗਜ਼ੇਬ ਦੇ ਦਰਬਾਰ ਵਿੱਚ ਕੋਈ ਉਹਦਾ ਅਰਥ ਦੱਸਣ ਵਾਲਾ ਨਹੀਂ, ਤੇ ਭਾਈ ਨੰਦ ਲਾਲ ਦੱਸ ਰਿਹਾ ਹੈ। ਤੇ ਆਪਣੇ ਵਜ਼ੀਰ ਨੂੰ ਕਹਿੰਦੇ ਨੇ ਕਿ ਜਾਂ ਤੇ ਇਹਨੂੰ ਇਸਲਾਮ ਕਬੂਲ ਕਰਾ ਦਿਓ ਔਰ ਜਾਂ ਫਿਰ ਇਹਨੂੰ ਕਤਲ ਕਰ ਦਿਓ। ਕੱਲ ਤੱਕ ਦਾ ਮੋਹਲਤ ਦਿੱਤੀ ਗਈ। ਉਹ ਆਪਣੇ ਸਟੂਡੈਂਟ ਕੋਲ ਅਰਥਾਤ ਔਰੰਗਜ਼ੇਬ ਦੇ ਬੇਟੇ ਕੋਲ ਗਿਆ ਔਰ ਉਹਨੂੰ ਜਾ ਕੇ ਸਾਰੀ ਗੱਲ ਦੱਸੀ। ਉਹਨਾਂ ਨੇ ਕਿਹਾ ਦੇਖ, ਮੇਰਾ ਬਾਪ ਤੈਨੂੰ ਨਹੀਂ ਬਚਾਏਗਾ ਕਿਉਂਕਿ ਇਹ ਧਰਮ, ਤੇਰਾ ਆਪਣਾ ਧਰਮ ਔਰ ਤੇਰੀ ਜਾਨ ਦੋਨੋਂ ਇਕੱਠੀਆਂ ਨਹੀਂ ਬਚ ਸਕਦੀਆਂ,
ਭਾਈ ਨੰਦ ਲਾਲ ਕਹਿਣ ਲੱਗੇ, ਮੈਂ ਆਪਣਾ ਧਰਮ ਵੀ ਰੱਖਿਆ ਕਰਨਾ ਚਾਹੁੰਦਾ ਵਾਂ ਤੇ ਆਪਣੀ ਜਾਨ ਵੀ ਬਚਾਉਣਾ ਚਾਹੁੰਦਾ ਤੇ ਮੈਂ ਕੀ ਕਰਾਂ। ਕਹਿਣ ਲੱਗੇ ਤੂੰ ਅਨੰਦਪੁਰ ਸਾਹਿਬ ਚਲਾ ਜਾ, ਅਨੰਦਪੁਰ ਸਾਹਿਬ ਚਲਾ ਜਾ, ਉੱਥੇ ਤੇਰੇ ਧਰਮ ਦੀ ਵੀ ਰੱਖਿਆ ਹੋਏਗੀ ਔਰ ਤੇਰੀ ਵੀ ਰੱਖਿਆ ਹੋ ਜਾਏਗੀ, ਕੋਈ ਨਹੀਂ ਮਾਰ ਸਕਦਾ ਤੈਨੂੰ। ਔਰ ਜਿਸ ਵੇਲੇ ਭਾਈ ਨੰਦ ਲਾਲ ਪਹੁੰਚੇ ਨੇ, ਉਸ ਵੇਲੇ ਕੇਸੀ ਇਸ਼ਨਾਨ ਕਰਕੇ ਗੁਰੂ ਸਾਹਿਬ ਬੈਠੇ ਸਨ। ਜਿਸ ਵੇਲੇ ਉਹ ਪਹੁੰਚ ਗਿਆ, ਉਹਨੇ ਉਹਨਾਂ ਦੀ ਖੂਬਸੂਰਤੀ ਦਾ, ਉਹਨਾਂ ਦੇ ਕੇਸਾਂ ਦਾ ਜਿਹੜਾ ਬਿਆਨ ਕੀਤਾ ਹੈ ਫਾਰਸੀ ਵਿੱਚ, ਉਹ ਦੇਖ ਕੇ, ਉਹ ਸੁਣ ਕੇ ਗੁਰੂ ਸਾਹਿਬ ਨੇ ਆਪਣੇ ਗਲੇ ਨਾਲ ਲਾਇਆ। ਔਰ ਫਿਰ ਅੱਜ ਤੁਸੀਂ ਦੇਖੋ ਭਾਈ ਨੰਦ ਲਾਲ ਦੀਆਂ ਰੁਬਾਈਆਂ ਜਿਹੜੀਆਂ ਨੇ, ਆ ਭਾਈ ਨੰਦ ਲਾਲ ਦੀ ਲਿਖੀ ਹੋਈ ਜਿਹੜੀ ਪੂਰਾ ਕਵਿਤਾ ਹੈ, ਉਹਨੇ ਗੁਰੂ ਸਾਹਿਬ ਦੀ ਉਪਮਾ ਚ ਕੀ ਕੀ ਲਿਖ ਦਿੱਤਾ ਹੈ। ਔਰ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਣਨਾ ਹੋਵੇ, ਪਛਾਣਨਾ ਹੋਵੇ, ਉਹਨਾਂ ਨੂੰ ਦੇਖਣਾ ਹੋਵੇ, ਪਰੋਲਣਾ ਹੋਵੇ, ਤੇ ਭਾਈ ਨੰਦ ਲਾਲ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਭਾਈ ਨੰਦ ਲਾਲ ਨੂੰ ਇਗਨੋਰ ਕਰਕੇ ਅਸੀਂ ਗੁਰੂ ਸਾਹਿਬ ਨੂੰ ਨਹੀਂ ਜਾਣ ਸਕਦੇ। ਕਿੰਤੂ ਕਦੀ ਸੋਚੋ ਤੁਸੀਂ, ਗੁਰੂ ਸਾਹਿਬ ਦੇ ਪਿੱਛੇ ਕਿੰਨੇ ਲੋਕ। ਇਸ ਵਾਰੀ ਪਹਿਲਾ ਸਮਾਂ ਹੈ, ਪਹਿਲੀ ਵਾਰੀ ਜਦੋਂ 21 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਸ਼ਹਾਦਤ ਦਾ ਹਫ਼ਤਾ ਪਾਲਨ ਹੋ ਰਿਹਾ ਸੀ, ਉਸ ਵੇਲੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਪਹਿਲੀ ਵਾਰ ਲੋਕ ਸਭਾ 'ਚ ਸਪੀਕਰ ਨੇ ਔਰ ਰਾਜ ਸਭਾ 'ਚ ਵਾਈਸ ਪ੍ਰੈਸੀਡੈਂਟ ਆਫ ਇੰਡੀਆ ਚੇਅਰਮੈਨ ਨੇ ਆਪਣੀ ਸ਼ਰਧਾਂਜਲੀ ਦਿੱਤੀ ਹੈ ਪਹਿਲੀ ਵਾਰ। ਖੜੇ ਹੋ ਕੇ ਸਾਰੇ ਸਦੱਸਿਆਂ ਨੇ ਔਰ ਚੇਅਰ ਨੇ ਖੜੇ ਹੋ ਕੇ ਪ੍ਰਿਸਾਈਡਿੰਗ ਅਫਸਰ ਨੇ ਸ਼ਰਧਾਂਜਲੀ ਦਿੱਤੀ। ਇਹ ਪਹਿਲੀ ਵਾਰ ਘਟਨਾ ਘਟੀ ਹੈ। ਉਹਦੇ ਪਿੱਛੇ ਕਾਰਨ ਕੀ ਹੈ? ਕਦੀ ਮੈਂ ਸੋਚਾਂ ਕਿ ਮੈਂ ਤੇ ਕੇਸ ਕਤਲ ਕੀਤੇ ਹੋਏ ਨੇ, ਮੈਂ ਤੇ ਪੱਗ ਲਾ ਦਿੱਤੀ ਹੈ, ਸਿੱਖ ਧਰਮ ਦੀ ਪਨੀਰੀ ਖਿੰਡਰ ਗਈ ਹੈ, ਇਤਿਹਾਸ ਦੇ ਬਾਰੇ ਜਾਣਕਾਰੀ ਦਿੰਦਾ ਨਹੀਂ ਕੋਈ। ਜਿਸ ਵੇਲੇ ਢਾਡੀਆਂ ਨੇ ਸ਼ਹਾਦਤਾਂ ਦੇ ਉੱਤੇ ਦੱਸਣਾ ਹੈ, ਉਸ ਵੇਲੇ ਦੀਵਾਨ ਖਾਲੀ ਹੁੰਦੇ ਨੇ। ਜਿਸ ਵੇਲੇ ਕਥਾਵਾਚਕਾਂ ਨੇ ਦੱਸਣਾ ਹੈ ਜਾਂ ਕੀਰਤਨ ਕਰਦੇ ਹੋਏ, ਗੁਰੂ ਘਰ ਦੀ ਉਸਤਤ ਕਰਦੇ ਹੋਏ ਕੀਰਤਨ ਦੇ ਵਿਚਕਾਰ ਵੀ ਕਥਾ ਕਰਕੇ ਸੁਣਾਉਣੀ ਹੈ, ਉਹ ਸਾਰਾ ਕੁਝ ਉਸੇ ਸਮੇਂ ਤੱਕ ਹੈ ਜਦ ਤੱਕ ਅਸੀਂ ਸਾਹਮਣੇ ਬੈਠੇ ਹਾਂ। ਪਰ ਇਹਦੇ ਵਿੱਚ ਇਹ ਜਿਹੜੀ ਸ਼ਹਾਦਤ ਦਾ ਇੱਕ ਹਿਸਾਬ ਚੱਲਿਆ, ਸਫਰੇ ਸ਼ਹਾਦਤ, ਔਰ ਉਹ ਜੱਥੇ ਨੇ ਚੱਲ ਕੇ ਜਗ੍ਹਾ ਜਗ੍ਹਾ ਕੀਰਤਨ ਕੀਤੇ, ਔਰ ਜਿਹੜੀ ਇਹ ਐਨੀਮੇਟਡ ਫਿਲਮ ਬਣੀ ਚਾਰ ਸਾਹਿਬਜ਼ਾਦੇ, ਜਿਹਨੇ ਸਾਰੀ ਦੁਨੀਆ ਨੂੰ ਜਾਣਕਾਰੀ ਦਿੱਤੀ ਕੌਣ ਸਨ ਗੁਰੂ ਗੋਬਿੰਦ ਸਿੰਘ ਔਰ ਕੌਣ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਔਰ ਕੌਣ ਸਨ ਉਹਨਾਂ ਦੇ ਚਾਰ ਸਾਹਿਬਜ਼ਾਦੇ ਔਰ ਕੌਣ ਨੇ ਇਹ ਸਿੱਖ, ਇਹ ਕਮਜ਼ੋਰੀ ਕਿਹਦੀ ਹੈ? ਕੋਈ ਵੀ ਕਮੇਟੀ ਲੈ ਲਓ, ਵੱਡੀ ਤੋਂ ਵੱਡੀ ਕਮੇਟੀ ਲੈ ਲਓ, ਗੁਰਦੁਆਰੇ ਦੀ ਕਮੇਟੀ ਲੈ ਲਓ, ਗੁਰਦੁਆਰੇ ਦੀ ਸੇਵਾ ਸੰਭਾਲ ਦੀ ਕਮੇਟੀ ਲੈ ਲਓ, ਸਾਰਿਆਂ ਤੋਂ ਜ਼ਿਆਦਾ ਖਰਚਾ ਧਰਮ ਪ੍ਰਚਾਰ ਕਮੇਟੀ ਨੂੰ ਮਿਲਦਾ ਹੈ ਬਜਟ ਵਿੱਚ। ਪਰ ਉਸ ਤੋਂ ਬਾਵਜੂਦ ਹਰ ਘਰ ਵਿੱਚ ਕੋਈ ਨਾ ਕੋਈ ਬੱਚਾ ਆਪਣੇ ਕੇਸਾਂ ਦੀ ਬੇਅਦਬੀ ਕਰ ਰਿਹਾ ਹੈ।
कोई ना कोई घर विच यह हो रहा है, इहदे पिछे जिम्मेदार कौन है? मैं कहना जिन्नी यह धर्म प्रचार कमेटी जिम्मेदार है उन्नी जिम्मेदार साढ़े परिवार भी ने। मैं तुहानू दसा मेरा जमपल बंगाल दे एक छोटे जे इलाके च होया। मैं किसी मिशनरी स्कूल का नहीं पढ़िया होया, मैं कभी दबदबी टकसाल नहीं गया, मैं कभी किसी स्टडी सर्कल नू ज्वाइन नहीं किया, पर मैनू इन्ना पता है स्कूल तो घर आंदे सी, पिता जी फैक्ट्री तो घर आंदे सी, माता जी आटा गुंदे होंदे सी रोटी बनाने लई रात दा, पिता जी स्नान करके पोथी लैके बैठ जांदे सन और कथा करनी शुरू कर देंदे सन, इंजीनियर सन, दूर दूर तक कोई सिख नहीं सी, कल्ला परिवार सी। पोथी लैके बैठ जाना, उन्होंने पढ़ के सुनानी, और जिस वेले माता जी ने वेल होनी माता जी ने पढ़ के सुनानी और पिता जी ने सुननी, और मैं उत्थे बैठा तप्पड़ दे उत्ते अपने होमवर्क करदे करदे कन्ना नू खोल के उन्हां नू सुनना, उही अज चेते आंदियां ने। और यही कारण है मैं जद भी स्टेज ते खड़ा होना कोई ना कोई साखी तुहानू सुनाना होना। कल जिस वेले नगर कीर्तन लगन निकलन लगा सी ते गऊ घाट दी साखी सुनाई सी, हांडी साहब दी साखी सुना चुकिया, गुरु दे बाग दी साखी सुना चुकिया। ये साखियां अपने बच्चियां नू सुनानियां ने। कल जिन्ने टीवी वाले आए मनु पुछन कहलो वाले जी एक मैसेज दियो, हुण टेलीविजन देखो आज दी डेट विच इंफॉर्मेशन कम्युनिकेशन टेक्नोलॉजी जेड़ी है वो इन्नी पावरफुल है कि सिखां कोल किन्ना है। कल तुसी नगर कीर्तन च सी, तुसी देखो हर पासे नॉन सिख हिंदू औरतां कुड़ियां मुंडे बंदे अपने हाथ से मोबाइल रह के रिकॉर्ड कर रहे। साडा मोबाइल रिकॉर्ड करन वेले साडी स्टोरेज खत्म हो जांदा है, तुसी सोचो कल किन्नी टेट्राबाइट पेटाबाइट किन्ने रिकॉर्ड होए होने ने डिजिटल कंटेंट तुहाडे नगर कीर्तन दे। पर उस नगर कीर्तन दी भी शोभा अगर अच्छी होवे, कुछ वाकई सुनाई पैंदा होवे, सिर्फ रौला नहीं वड्डे वड्डे स्पीकर नहीं, कुछ कथा प्रवचन करदे होए, जिस वेले साडे स्वर्गवासी मस्कीन साहब है सन इत्थे, उन्हां नूं एक वारी मैं कहा, वो कहण लगे मेरे लिए स्टेज बना दियो मैं कथा हिंदी च करांगा और सारे नगर कीर्तन च कथा करदा चलांगा। और उन्होंने कई साल तक ट्रक दे उत्ते फट्टे ला के स्टेज बना के उन्हां कोलों कथा कराई। कि लोगों नूं पता लगे कि ए जिस गुरु दा नगर कीर्तन निकल रहा है, जिस दी शोभा नाल निकल रहा है, बड़े साहब नाल ने, उस बड़े साहब दी इज्जत किस तरह करनी है। पहला ते जेड़े सारियां तो बुजुर्ग गुरु ग्रंथ साहब सन उन्हां दा नगर कीर्तन हुंदा सी, पर हौली हौली टाइम दे हिसाब नाल उहदी सेवा संभाल दूजी हो गई है, ऐस करके उन्हां नूं रोज बार नहीं कढ़ीदा, पर सारे मत्था टेकदे सन। पर उहदे विच योगदान एक बिहार दे चीफ मिनिस्टर दा भी है, सारे बिहार विच और सारी दुनिया विच। मैं पिछले 40 सालां तो गुरु घर दे नाल जुड़िया होया, 40 बरे हो गए, पिछले 34 बरे तो मैं एमपी हां ते केंद्र विच वजीर हां।
ਇਹਨਾਂ ਦੀ ਕਿਰਪਾ ਦੇ ਕਾਰਨ। ਪਰ ਮੈਂ ਹਰ ਸਾਲ ਇੱਥੇ ਆ ਕੇ ਸੇਵਾ 'ਚ ਲੱਗਿਆ ਹੋਣਾ ਔਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਇਹਨਾਂ ਦੇ ਜਾਹੋ ਜਲਾਲ ਦੇ ਬਾਰੇ ਪ੍ਰਚਾਰ ਪ੍ਰਸਾਰ ਕਰੋ ਕਿ ਲੋਕਾਂ ਨੂੰ ਪਤਾ ਲੱਗੇ। ਕੱਲ ਟੀਵੀ 'ਚ ਇਹੀ ਗੱਲ ਕਹਿੰਦਾ ਰਿਹਾ ਕਿ ਤੁਸੀਂ ਕੈਨੇਡਾ 'ਚ ਬੈਠੇ ਹੋ, ਆਸਟ੍ਰੇਲੀਆ 'ਚ ਬੈਠੇ ਹੋ, ਅਮਰੀਕਾ 'ਚ ਬੈਠੇ ਹੋ, ਦੁਨੀਆ ਦੇ ਜਿਹੜੇ ਜਿਹੜੇ ਕੋਨੇ 'ਚ ਬੈਠੇ ਹੋ, ਹੱਥ ਜੋੜ ਕੇ ਅਰਦਾਸ ਕਰਿਓ ਕਿ ਇਸ ਵਾਰੀ ਤੇ ਪੁੱਜ ਨਹੀਂ ਸਕੇ, ਅਗਲੀ ਵਾਰੀ ਪੂਰਾ ਪਰਿਵਾਰ ਲੈ ਕੇ ਆਵਾਂਗੇ ਤੇ ਗੁਰੂ ਦੇ ਚਰਨਾਂ ਨੂੰ ਪਰਸਾਂਗੇ। ਗੁਰੂ ਆਪ ਵਸੀਲਾ ਕਰੇਗਾ, ਗੁਰੂ ਆਪ ਕੋਈ ਬਹਾਨਾ ਲੱਭੇਗਾ, ਗੁਰੂ ਆਪ ਲੈ ਆਵੇਗਾ। ਔਰ ਤੁਸੀਂ ਇੱਥੇ ਆ ਕੇ ਪੁੱਜ ਕੇ ਜਿਹੜਾ ਰੋਮਾਂਚ ਮਿਲੇਗਾ ਤੁਹਾਨੂੰ, ਜਿਸ ਤਰ੍ਹਾਂ ਆਪਣੇ ਪਿਤਾ ਦੇ ਘਰ ਆਏ ਹੋ, ਜਿਸ ਤਰ੍ਹਾਂ ਬੱਚਾ ਆਪਣੇ ਪੇਰੈਂਟਸ ਦੇ ਘਰ ਆਉਂਦਾ ਨਾ ਤੇ ਕਿੰਨਾ ਨਿੱਘ ਮਿਲਦਾ ਹੈ, ਉਹ ਨਿੱਘ ਮਿਲੇਗਾ। ਔਰ ਆਪਣੀਆਂ ਝੋਲੀਆਂ ਭਰ ਕੇ ਜਾਓ, ਉਹਦੀਆਂ ਅਸੀਸਾਂ ਵਿੱਚ ਕੋਈ ਘਾਟ ਨਹੀਂ ਹੈਗੀ, ਘਾਟ ਸਾਡੇ ਮੰਗਣ ਵਾਲਿਆਂ 'ਚ ਹੈ। ਅਸੀਂ ਬਾਬੇ ਕੋਲ ਵੀ ਆਕੜ ਕੇ ਖਲੋ ਜਾਂਦੇ ਹਾਂ, ਮੰਗਤੇ ਬਣਦੇ ਨਹੀਂ। ਅਸੀਂ ਕਹਿੰਦੇ ਹਾਂ ਅਸੀਂ ਸਿੱਖ ਹੈਗੇ ਹਾਂ, ਕਿਉਂ ਨਹੀਂ ਦੇਵੇਗਾ। ਕਦੀ ਅੱਖਾਂ 'ਚ ਹੰਝੂ ਲੈ ਕੇ ਅਰਦਾਸੇ ਵਾਲੀ ਚਾਦਰ ਪਕੜ ਕੇ ਉਹਦੇ ਸਾਹਮਣੇ ਖਲੋ ਤੇ ਦੇਖੋ ਕੀ ਕਰਿਸ਼ਮਾ ਕਰਦਾ ਹੈ ਉਹ। ਇੱਥੇ 1 ਜਨਵਰੀ ਨੂੰ ਬੜੀਆਂ ਕੁੜੀਆਂ ਆ ਕੇ ਰੋ ਰੋ ਕੇ ਅਰਦਾਸਾਂ ਕਰ ਰਹੀਆਂ ਨੇ, ਬਿਹਾਰੀ ਕੁੜੀਆਂ। ਇੱਕ ਸੇਵਾਦਾਰ ਨੇ ਪੁੱਛਿਆ, ਬਹਿਣ ਜੀ ਆਪਕੋ ਕੋਈ ਤਕਲੀਫ ਹੋ ਗਈ? ਕਹਿਣ ਲੱਗੀ ਨਹੀਂ, ਆਪ ਰੋ ਕਿਉਂ ਰਹੇ? ਮੈਂ ਰੋ ਨਹੀਂ ਰਹੀ, ਮੈਂ ਰੋ ਨਹੀਂ ਰਹੀ। ਪਰ ਰੋਈ ਜਾ ਰਹੀ ਹੈ, ਅੱਖਾਂ ਤੋਂ ਹੰਝੂ ਵਗ ਰਹੇ ਨੇ, ਉਹਨੂੰ ਅਸੀਂ ਰੋਣਾ ਸਮਝਦੇ ਹਾਂ, ਪਰ ਉਹ ਰੋ ਨਹੀਂ ਰਹੀ, ਉਹਨੂੰ ਵੈਰਾਗ ਜਾ ਗਿਆ ਹੈ। ਕਿਉਂ ਜਾ ਗਿਆ? ਜਿਸ ਵੇਲੇ ਪੁੱਛਿਆ ਹੈ, ਜਿਸ ਵੇਲੇ ਉਹ ਪ੍ਰਸ਼ਾਦ ਲੈ ਕੇ ਅੱਗੇ ਵਧੀ ਹੈ, ਪੁੱਛਿਆ ਗਿਆ ਕਿਉਂ ਇੰਨੀ ਇਮੋਸ਼ਨਲ ਕਿਉਂ ਹੋ ਰਹੀ ਸੈਂ? ਕਹਿੰਦੀ ਪਿਛਲੀ ਵਾਰੀ ਆਈ ਸਾਂ, ਮੱਥਾ ਟੇਕ ਕੇ ਗਈ ਸਾਂ, ਮੇਰੀ ਨੌਕਰੀ ਹੋ ਗਈ, ਮੇਰੀ ਪਹਿਲੀ ਤਨਖਾਹ ਆਈ ਸੀ, ਮੈਂ ਮੱਥਾ ਟੇਕਣ ਆਈ ਹਾਂ। ਭਰੋਸਾ ਦੇਖੋ, ਉਹਦਾ ਭਰੋਸਾ ਦੇਖੋ। ਪੌਸੂ ਦੀ ਸਪਤਮੀ ਦੇ ਹਿਸਾਬ ਨਾਲ ਹਰ ਮਹੀਨੇ ਦੀ ਸਪਤਮੀ ਦੇ ਦਿਨ ਜਿਨ੍ਹਾਂ ਦੀ ਕੁੱਖ ਹਰੀ ਨਹੀਂ ਹੁੰਦੀ, ਉਹ ਧੀਆਂ ਭੈਣਾਂ ਜਾ ਕੇ ਉੱਥੇ ਅਰਦਾਸ ਕਰਦੀਆਂ ਨੇ, ਗੁਰੂ ਦੇ ਬਾਗ ਇਸ਼ਨਾਨ ਕਰਦੀਆਂ ਨੇ, ਔਰ ਕੁੱਖ ਹਰੀ ਹੋ ਜਾਏ ਤੇ ਬੂਟਾ ਲਾ ਕੇ ਜਾਂਦੀਆਂ ਨੇ, ਅਰਦਾਸਾਂ ਕਰਕੇ ਜਾਂਦੀਆਂ ਨੇ। ਇਹ ਭਰੋਸਾ ਉਹਨਾਂ ਦਾ ਹੈ। ਉਹਨਾਂ ਨੇ ਗੁਰੂ ਸਾਹਿਬ ਨੂੰ ਦੇਵਤਾ ਮੰਨ ਲਿਆ ਆਪਣਾ, ਤੇ ਅਸੀਂ ਆਪਣਾ ਗੁਰੂ ਨਹੀਂ ਮੰਨਦੇ, ਅਸੀਂ ਪਿੱਛੇ ਰਹਿ ਜਾਂਦੇ ਹਾਂ। ਹਰ ਜਗ੍ਹਾ ਕੁਝ ਨਾ ਕੁਝ ਕਰਕੇ ਆਪਣੇ ਗੁਰੂ ਦਾ ਵੀ ਪ੍ਰਚਾਰ ਪ੍ਰਸਾਰ ਕਰੋ। ਸ਼ਿਮਲਾ 'ਚ ਦੇਖੋ, ਕੈਂਸਰ ਹਸਪੀਟਲ 'ਚ ਇੱਕ ਸਿੱਖ ਲੜਕਾ ਪਹਿਲਾਂ ਠੰਡ ਵਿੱਚ ਜਾ ਕੇ ਪੇਸ਼ੈਂਟ ਤੇ ਉਹਨਾਂ ਦੇ ਅਟੈਂਡੈਂਟਾਂ ਨੂੰ ਚਾਹ ਪਿਲਾਉਂਦਾ ਸੀ ਮੁਫਤ ਦੀ। ਫਿਰ ਹੌਲੀ ਹੌਲੀ ਮਹਿਸੂਸ ਹੋਇਆ ਕਿ ਚਾਹ ਦੇ ਨਾਲ ਰੋਟੀ ਵੀ ਹੋਣੀ ਚਾਹੀਦੀ, ਬਿਸਕੁਟ ਹੋਣੇ ਚਾਹੀਦੇ, ਬਿਸਕੁਟ ਦੇ ਨਾਲ ਉਹ ਰੋਟੀ ਦੇ ਬਾਰੇ ਸੋਚਣ ਲੱਗਾ। ਪਰ ਘਰ ਵਾਲੇ ਕਹਿਣ ਲੱਗੇ, ਮਾਂ ਬਾਪ ਘਰ ਵਾਲੀ ਕਹਿਣ ਲੱਗੀ, ਸਾਡੀ ਤਫੀਕ ਨਹੀਂ ਹੈਗੀ ਇੰਨੀ ਕਿ ਅਸੀਂ ਕੁਝ ਕਰ ਸਕੀਏ। ਕਹਿਣ ਲੱਗਾ ਕੋਈ ਨਹੀਂ, ਗੁਰੂ ਦੇਖੇਗਾ। ਆ ਗਏ ਦੋ ਭਰਾ ਪੁਰਾਣੀ, ਕਹਿਣ ਲੱਗੇ ਕਿ ਅਸੀਂ ਵੀ ਸੇਵਾ 'ਚ ਹਿੱਸਾ ਪਾਉਣਾ। ਔਰ ਹੁਣ ਸਕੂਲ ਦੇ ਪ੍ਰਿੰਸੀਪਲ ਆ ਗਏ ਕਿ ਹਰ ਬੱਚੇ ਨੂੰ ਆਦੇਸ਼ ਦਿੱਤਾ ਕਿ ਆਪਣਾ ਜਿਹੜਾ ਸਕੂਲ 'ਚ ਟਿਫਿਨ ਲਾਉਂਦੇ ਹੋ, ਇੱਕ ਰੋਟੀ ਨਾਲ ਲੈ ਆਇਆ ਕਰੋ ਲਪੇਟ ਕੇ, ਔਰ ਇਸ ਡੱਬੇ 'ਚ ਪਾ ਕੇ ਜਾਇਆ ਕਰੋ। ਪੂਰਾ ਹਸਪੀਟਲ ਉਹ ਰੋਟੀਆਂ ਖਾਂਦਾ ਹੈ।
ਔਰ ਗੁਰੂ ਦਾ ਸਿੱਖ। ਇਸੇ ਤਰ੍ਹਾਂ ਪਟਨਾ ਹਸਪੀਟਲ ਚ ਵੀ ਇੱਕ ਸਿੱਖ ਸੇਵਾ ਕਰ ਰਿਹਾ ਹੈ, ਇਸੇ ਤਰ੍ਹਾਂ ਜੈਪੁਰ ਚ ਕੈਂਸਰ ਹਸਪੀਟਲ ਚ ਸੇਵਾ ਕਰ ਰਿਹਾ ਹੈ, ਜਿੱਥੇ ਜਿੱਥੇ ਬੈਠਾ ਹੈ ਕਰ ਰਿਹਾ ਹੈ। ਕਿਉਂ? ਉੱਥੇ ਸਿੱਖ ਸੰਗਤ ਨਹੀਂ ਵੀ ਹੈਗੀ, ਅਗਰ ਇਕੱਲਾ ਕਰਦਾ ਹੈ ਤੇ ਲੋਕ ਕਹਿੰਦੇ ਨੇ ਕਿ ਦੇਖੋ ਇਸਕੇ ਗੁਰੂ ਨੇ ਕਿਆ ਸਿੱਖਿਆ ਦੀ, ਇਹ ਗੁਰੂ ਕੇ ਕਦਮਾਂ ਪੇ ਚੱਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ, ਉਹ ਲੰਗਰ ਖਤਮ ਨਹੀਂ ਹੋਇਆ, ਸਾਰੀ ਦੁਨੀਆ ਨੂੰ ਰੋਟੀਆਂ ਖਵਾਉਂਦਾ ਹੈ। ਥੋੜੇ ਥੋੜੇ ਪੈਸੇ ਵੀ ਜੋੜ ਕੇ ਅਗਰ ਅਸੀਂ ਗੁਰੂ ਦੇ ਉਪਦੇਸ਼ਾਂ ਤੇ ਚੱਲੀਏ ਸਿੱਧਾ ਔਰ ਉਹਨਾਂ ਦੇ ਪ੍ਰਚਾਰ ਪ੍ਰਸਾਰ ਚ ਲੱਗੀਏ ਤੇ ਬਹੁਤ ਵੱਡੀ ਸੇਵਾ ਹੋਏਗੀ। ਸਾਹਿਬਾਂ ਦੇ ਇਸ 352 ਪ੍ਰਕਾਸ਼ ਉਤਸਵ ਚ ਤੁਸੀਂ ਹਾਜ਼ਰ ਹੋਏ ਹੋ। ਅੱਜ ਸਵੇਰ 11 ਵਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਤਿਕਾਰਯੋਗ ਨਰਿੰਦਰ ਮੋਦੀ ਜੀ ਨੇ 350 ਰੁਪਏ ਦਾ ਇੱਕ ਸਿੱਕਾ ਗੁਰੂ ਸਾਹਿਬ ਦੇ ਨਾਮ ਸਮਰਪਿਤ ਕਰਕੇ ਜਾਰੀ ਕੀਤਾ ਹੈ। ਤੁਹਾਨੂੰ ਪਟਨਾ ਸਾਹਿਬ ਦੇ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਵੈਬਸਾਈਟ ਤੇ ਇੱਕ ਈਮੇਲ ਐਡਰੈਸ ਮਿਲ ਜਾਏਗਾ, ਜਿਸ ਈਮੇਲ ਐਡਰੈਸ 'ਚ ਤੁਸੀਂ ਅਪਲਾਈ ਕਰਕੇ ਉਹਦੀ ਬੁਕਿੰਗ ਕਰ ਸਕਦੇ ਹੋ ਔਰ ਫਿਰ ਉਹ ਛਪ ਕੇ ਤੁਹਾਡੇ ਕੋਲ ਪਹੁੰਚ ਸਕੇਗਾ। ਔਰ ਮੇਰੀ ਗੁਜ਼ਾਰਿਸ਼ ਹੈ ਜਿੱਥੇ ਜਿੱਥੇ ਲੋਕ ਮੇਰੀ ਆਵਾਜ਼ ਸੁਣ ਰਹੇ ਨੇ, ਸਾਰੀ ਦੁਨੀਆ 'ਚ ਸੁਣੀ ਜਾ ਰਹੀ ਹੈ ਆਵਾਜ਼, ਹਰ ਸਿੱਖ ਆਪਣੀ ਤਫੀਕ ਦੇ ਹਿਸਾਬ ਨਾਲ, ਕੋਈ ਇੱਕ ਸਿੱਕਾ, ਦੋ ਸਿੱਕਾ, ਪੰਜ ਸਿੱਕਾ, 50 ਸਿੱਕੇ, 100 ਸਿੱਕੇ ਬੁੱਕ ਕਰੋ, ਬੁੱਕ ਕਰਕੇ ਦੱਸ ਦਿਓ ਕਿ ਸਾਢੇ 300 ਸਾਲ ਦੇ ਜਿਹੜੇ ਪਾਲਣ ਕੀਤੇ ਪ੍ਰਕਾਸ਼ ਉਤਸਵ ਤੇ ਤੁਸੀਂ ਸਿੱਕਾ ਜਾਰੀ ਕੀਤਾ ਹੈ, ਕੋਈ ਵੀ ਸਿੱਖ ਪਰਿਵਾਰ ਵਾਂਝਾ ਨਾ ਰਹਿ ਜਾਏ ਕਿ ਜਿਹਦੇ ਘਰ ਇਹ ਸਿੱਕਾ ਨਾ ਪੁੱਜੇ। ਇਹ ਕਮੋਮੋਰੇਟਿਵ ਸਿੱਕਾ ਹੈ ਜਿਹੜਾ ਅਗਲੇ 50 ਸਾਲ ਦੇ ਤੱਕ ਨਹੀਂ ਬਣਨਾ ਔਰ 50 ਸਾਲ ਤੱਕ ਸ਼ਾਇਦ ਮੈਂ ਨਹੀਂ ਜੀਣਾ, ਮੈਂ 68 ਦਾ ਹੋ ਗਿਆ ਹਾਂ। ਹਰ ਵਾਰੀ ਅਰਦਾਸ ਕਰਕੇ ਜਾਣਾ ਕਿ ਗੁਰੂ ਇੰਨੀ ਰਹਿਮਤ ਕਰੀ, ਕਿਰਪਾ ਕਰੀ, ਇੰਨੀ ਸ਼ਕਤੀ ਦੇਈ ਕਿ ਸਾਰਾ ਪਰਿਵਾਰ ਲੈ ਕੇ ਤੇਰੇ ਚਰਨਾਂ 'ਚ ਹਾਜ਼ਰ ਹੋ ਸਕਾਂ ਮੈਂ। ਪਿਛਲੇ 40 ਸਾਲਾਂ ਤੋਂ ਜਿਸ ਵਾਰੀ ਪਾਲਣ ਕਰ ਰਿਹਾ ਹਾਂ, ਅਗਲੇ ਹੋਰ ਜਿੰਨੇ ਸਾਹ ਹੈ ਨੇ ਪਾਲਣ ਕਰ ਸਕਣ ਤੇ ਅੱਗੋਂ ਬੱਚੇ ਵੀ ਉਸੇ ਤਰ੍ਹਾਂ ਪਾਲਣ ਕਰ ਸਕਣ, ਇਹੀ ਅਰਦਾਸ ਹੁੰਦੀ ਹੈ। ਮੇਰੇ ਮਾਤਾ ਪਿਤਾ ਨੇ ਕੀਤਾ, ਮੇਰੇ ਦਾਦਾ ਦਾਦੀ ਨੇ ਕੀਤਾ, ਅੱਗੋਂ ਪਨੀਰੀ ਇਸੇ ਤਰ੍ਹਾਂ ਚੱਲੇ। ਤੁਸੀਂ ਵੀ ਅਰਦਾਸ ਕਰਕੇ ਜ਼ਰੂਰ ਜਾਣਾ ਕਿ ਅਗਲੇ ਸਾਲ ਫੇਰ ਆਣਾ ਔਰ ਫੇਰ ਆ ਕੇ ਕੁਛ ਸਿੱਖ ਕੇ ਜਾਣਾ ਔਰ ਜਿੱਥੇ ਰਹਿੰਦੇ ਹੋ ਉੱਥੇ ਜਾ ਕੇ ਕੁਛ ਸਿਖਾਉਣਾ। ਇਹੀ ਕਹਿੰਦਾ ਹੋਇਆ ਤੁਸੀਂ ਸਾਹਿਬਾਂ ਦੇ ਇਸ ਜਨਮ ਦਿਹਾੜੇ 'ਤੇ ਆਏ ਹੋ, ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਔਰ ਕੁਝ ਨਵੀਆਂ ਚੀਜ਼ਾਂ ਇੱਥੋਂ ਲੈ ਕੇ ਜਾਓ, ਆਪਣੇ ਪਿੰਡ ਵਿੱਚ, ਆਪਣੇ ਗ੍ਰਾਮ ਵਿੱਚ, ਆਪਣੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਦੱਸਿਓ ਕਿ ਤੁਸੀਂ ਜਾਹੋ ਜਲਾਲ ਗੁਰੂ ਗੋਬਿੰਦ ਸਿੰਘ ਜੀ ਦਾ ਦੇਖ ਕੇ ਆਇਓ, ਉਹ ਕਿਹੋ ਜਿਹਾ ਦੇਖਣ ਦਾ ਲੱਗਦਾ ਹੈ, ਉਹ ਕੀ ਕਰਦਾ ਹੈ, ਉਹ ਕਿਸ ਤਰ੍ਹਾਂ ਖਾਲੀ ਕੁੱਖਾਂ ਨੂੰ ਹਰੀਆਂ ਕਰਦਾ ਹੈ, ਕਿਸ ਤਰ੍ਹਾਂ ਲੋਕਾਂ ਦੇ ਮੱਥੇ 'ਤੇ ਅਸੀਸ ਧਰਦਾ ਹੈ, ਇਹ ਸਾਰਾ ਕੁਝ ਜਾ ਕੇ ਜ਼ਰੂਰ ਸੁਣਾਉਣਾ। ਜਿਹੜੇ ਬੱਚੇ ਲੈ ਕੇ ਨਹੀਂ ਆਏ, ਅਗਲੀ ਵਾਰੀ ਜ਼ਰੂਰ ਲੈ ਕੇ ਆਉਣਾ। ਇਹੀ ਕਹਿ ਕੇ ਮੈਂ ਤੁਹਾਡੇ ਕੋਲੋਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।